ਤੁਸੀਂ ਵੇਖ ਰਹੇ ਹੋ ਯੂਰਪ ਨਿਊਜ਼ ਪੰਜਾਬੀ ਤੇ ਮੈਂ ਹਾਂ ਸਾਬੀ ਚੀਨੀਆ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇਟਲੀ ਦੀ ਰਾਜਧਾਨੀ ਰੋਮ ਤੋਂ, ਜਿੱਥੇ ਕਿ ਪੰਜਾਬਣ ਧੀ ਗੁਰਜੀਤ ਕੌਰ ਨੂੰ ਇਟਲੀ ਦੇ ਰਾਸ਼ਟਰਪਤੀ ਸੈਰਜੋ ਮਿਤਰੇਲਾ ਵੱਲੋਂ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਕਪੂਰਥਲਾ ਦੇ ਪਿੰਡ ਸੁੰਨੜਾਂ ਦੀ ਜੰਮਪਲ ਇਸ ਪੰਜਾਬਣ ਧੀ ਨੇ ਆਪਣੀ ਮੁੱਢਲੀ ਪੜ੍ਹਾਈ ਇਟਲੀ ਦੀ ਪੂਲੀਆ ਸਟੇਟ ਤੋਂ ਕੀਤੀ ਹੈ ਅਤੇ ਮੈਡੀਕਲ ਪੜ੍ਹਾਈ ਲਈ ਉਸਨੇ ਇਸੇ ਹੀ ਸਾਲ ਰੋਮ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ। 10 ਫਕੁਲਟਾ ਸ਼ੇਲਤਾ ਮੈਡੀਸਿਨਾ ਐਂਡ ਕਿਰੂਰਜੀਆ ਇਨ ਇੰਗਲੇਜ਼ ਯੂਨੀਵਰਸਿਟੀ ਕੈਥੋਲਿਕਾ ਦੇ ਸਾਕਰੋ ਕੁਆਰੇ ਦੀ ਰੋਮਾ ਕਾਲਜ ਯੂਨੀਵਰਸਿਟਾਰੀਓ ਲਾਮਾਰੋ ਪੋਜ਼ਾਨੀ। ਗੁਰਜੀਤ ਨੂੰ ਮਿਲੇ ਇਸ ਵੱਡੇ ਮਾਣ ਸਨਮਾਨ ਦੇ ਲਈ ਇਟਲੀ ਵਿੱਚ ਵੱਸਦੇ ਪੰਜਾਬੀ ਤੇ ਖਾਸ ਕਰ ਭਾਰਤੀ ਭਾਈਚਾਰੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਜੀ, ਮੈਂ ਗੁਰਜੀਤ ਕੌਰ ਹਾਂ, ਸੁੰਦਰਾ ਵਾਲੇ ਪਿੰਡ ਦੀ ਕੁੜੀ। ਮੇਰੇ ਪਿਤਾ ਹੈ ਸਰਦਾਰ ਜਸਵੰਤ ਸਿੰਘ ਜੀ ਤੇ ਮੇਰੀ ਮਾਤਾ ਹੈ ਸ਼੍ਰੀਮਤੀ ਮਨਜੀਤ ਕੌਰ। ਮੈਂ ਇੰਡੀਆ ਜੰਮੀ ਸੀਗੀ, ਮੈਂ ਉੱਥੇ ਆਉਣਾ ਅਤੇ 4 ਸਾਲ ਰਹੀ ਹਾਂ ਅਤੇ ਇੱਕ ਸਾਲ ਮੈਂ ਹਨਾ ਪੜ੍ਹਾਈ ਵੀ ਉੱਥੇ ਕੀਤੀ BST ਸਕੂਲ 'ਚ। ਅੱਛਾ, 2006 'ਚ ਸਾਡੇ ਪਾਪਾ ਨੇ ਸਾਨੂੰ ਇੱਥੇ ਇਟਲੀ 'ਚ ਸੱਦ ਲਿਆ ਅਤੇ ਇਸ ਕਰਕੇ ਮੈਂ ਮੰਮੀ ਨੇ ਇੱਥੇ ਆ ਗਈ। 2008 'ਚ ਮੈਂ ਹਨਾ ਪ੍ਰਾਈਮਰੀ ਸਕੂਲ ਇੱਥੇ ਸ਼ੁਰੂ ਕਰ ਲਿਆ। ਪਹਿਲਾ ਸਾਲ ਮੈਂ ਥੋੜ੍ਹਾ ਜਿਹਾ ਔਖਾ ਰਿਹਾ ਕਿਉਂਕਿ ਮੈਨੂੰ ਬੋਲੀ ਨਹੀਂ ਸੀ ਆਉਂਦੀ ਅਤੇ ਸਾਰਾ ਕੁਛ ਇੱਥੇ ਨਵਾਂ ਨਵਾਂ ਲੱਗਦਾ ਸੀਗਾ, ਬਹੁਤ ਅਲੱਗ ਸੀਗਾ। ਅਤੇ ਪਰ ਬਾਅਦ 'ਚ ਹਨਾ ਟੀਚਰਾਂ ਦੇਖਿਆ ਵੀ ਮੈਨੂੰ ਪੜ੍ਹਾਈ 'ਚ ਕਾਫੀ ਤੇਜ਼ ਸੀਗੀ, ਮੇਰਾ ਮਨ ਸੀਗਾ ਪੜ੍ਹਨ ਦਾ, ਇਸ ਕਰਕੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਮੈਨੂੰ ਸਾਰੀਆਂ ਸਹੂਲਤਾਂ ਦੇਣ ਲਈ ਮੈਨੂੰ ਅੱਗੇ ਲਿਜਾਉਣ ਲਈ। ਜਦੋਂ ਮੇਰੇ ਮੰਮੀ ਪਾਪਾ ਨੇ ਵੀ ਦੇਖਿਆ ਵੀ ਪੜ੍ਹਾਈ 'ਚ ਮੈਂ ਕਾਫੀ ਕਾਬਿਲ ਸੀਗੀ ਅਤੇ ਉਹਨਾਂ ਨੇ ਹਨਾ ਮੈਨੂੰ ਕੋਰਸ ਕਰਾਏ ਹਨਾ ਕੰਪਿਊਟਰਾਂ ਦੇ, ਇੰਗਲਿਸ਼ ਦੇ ਕੋਰਸ ਕਰਾਏ ਅਤੇ ਅਖੀਰਲੇ 3 ਸਾਲ ਮੈਂ ਹਰ ਇੱਕ ਚੈਲੇਂਜ 'ਚ ਹਨਾ ਭਾਗ ਲਿਆ ਅਤੇ ਮੈਂ ਯੂਰੋਪੀਅਨ ਸਟੂਡੈਂਟ ਕੌਂਸਲ ਦੀ ਮੈਂਬਰ ਵੀ ਸੀਗੀ। ਮਤਲਬ ਕਿ ਅਸੀਂ ਹਨਾ ਸਟ੍ਰਾਸਬੁਰਗ ਦੀ ਪਾਰਲੀਮੈਂਟ 'ਚ ਗਏ ਅਤੇ ਉੱਥੇ ਯੂਰਪ ਦੀ ਪਾਰਲੀਮੈਂਟ 'ਚ, ਅਤੇ ਉੱਥੇ ਹਨਾ ਅਸੀਂ ਸਪੀਚ ਇੱਕ ਦਿੱਤੀ ਕੁੜੀਆਂ ਦੀ ਅਹਿਮੀਅਤ ਬਾਰੇ ਵਿੱਚ, ਤਾਂ ਕੁੜੀਆਂ ਨੂੰ ਜਦੋਂ ਕੋਈ ਵੀ ਸਹੂਲਤ ਮਿਲਦੀ ਹੈ ਨਾ ਅਤੇ ਉਹ ਕਿਸੇ ਤੋਂ ਹਨਾ ਘੱਟ ਨਹੀਂ ਗਿਆ। ਅਤੇ ਇਹ ਮੈਂ ਹਨਾ ਕੋਸ਼ਿਸ਼ ਵੀ ਕੀਤੀ ਸਾਬਿਤ ਕਰਨ ਦੀ 2 ਦਿਨ ਪਹਿਲਾਂ ਜਦੋਂ ਮੈਨੂੰ ਪ੍ਰੈਜ਼ੀਡੈਂਟ ਤੋਂ ਮੈਡਲ ਮਿਲਿਆ, ਕਿਉਂਕਿ ਮੈਂ 13 ਸਾਲ ਇੱਥੇ ਇਟਲੀ 'ਚ ਹਨਾ ਟੋਪ ਕੀਤਾ ਪੜ੍ਹਾਈ 'ਚ। ਇਹ ਮੈਂ ਕਰ ਸਕੀ ਕਿਉਂਕਿ ਮੇਰੇ ਮਾਂ ਪਿਓ ਦੀ ਹਨਾ ਫੁੱਲ ਸਪੋਰਟ ਸੀਗੀ ਮੈਨੂੰ, ਉਹਨਾਂ ਨੇ ਹਮੇਸ਼ਾ ਵਿਸ਼ਵਾਸ ਕੀਤਾ ਮੈਂ ਹਨਾ ਇੱਥੋਂ ਤੱਕ ਪਹੁੰਚ ਸਕਦੀ ਸੀਗੀ, ਮੈਂ ਇਸ ਮੰਜ਼ਿਲ ਤੱਕ ਪਹੁੰਚ ਸਕਦੀ ਸੀਗੀ। ਅਤੇ ਹੁਣ ਵੀ ਜਦੋਂ ਮੈਂ ਪੜ੍ਹਾਈ ਕਰਦੀ ਯੂਨੀਵਰਸਿਟੀ ਡਾਕਟਰ ਬਣ ਲਈ ਅਤੇ ਉਹ ਹਮੇਸ਼ਾ ਹਨਾ ਮੇਰੇ 'ਤੇ ਵਿਸ਼ਵਾਸ ਕਰਦੇ ਆ ਅਤੇ ਬਹੁਤ ਵਧੀਆ ਚੀਜ਼ ਆ। ਮੈਂ ਸਾਬਿਤ ਕਰਨਾ ਚਾਹੁੰਦੀ ਹਾਂ ਵੀ ਸਾਡੇ ਪੰਜਾਬ ਦੀਆਂ ਕੁੜੀਆਂ ਨੂੰ ਜਦੋਂ ਹਨਾ ਸਾਰੀ ਸਪੋਰਟ ਮਿਲਦੀ ਆ, ਜਦੋਂ ਸਾਰੀਆਂ ਸਹੂਲਤਾਂ ਮਿਲਦੀਆਂ ਹਨਾ, ਤਾਂ ਕੋਈ ਵੀ ਹਨਾ ਮੰਜ਼ਿਲ ਹਾਸਲ ਕਰ ਸਕਦੀ ਆ। ਥੈਂਕ ਯੂ। ਆਪ ਜੀ ਨੂੰ ਬੜੀ ਖੁਸ਼ੀ ਹੋਵੇਗੀ, ਜੋ ਕਿ ਇਟਲੀ ਦੇ ਵਿੱਚ ਪੂਰੀ ਆ ਸਟੇਟ ਨੂੰ ਬਹੁਤ ਹੀ ਪਿਛੜਿਆ ਏਰੀਆ ਕਿਹਾ ਗਿਆ ਸੀ, ਉਸ ਏਰੀਏ ਦੇ ਵਿੱਚ ਬੱਚੀ ਗੁਰਜੀਤ ਕੌਰ ਨੇ ਜੋ ਮੈਡੀਕਲ ਇੰਗਲਿਸ਼ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਇਟਲੀ ਦੇ ਵਿੱਚ, ਜੋ ਕਿ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਮੈਂ ਉਸ ਗੱਲ 'ਤੇ ਬਹੁਤ ਫਖਰ ਨਾਲ ਕਹਿੰਦਾ। ਪੰਜਾਬੀ ਭਾਈਚਾਰੇ ਦੇ ਵਿੱਚ ਐਡੀ ਵੱਡੀ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਭਾਈਚਾਰੇ ਨੂੰ ਬਿਲਕੁਲ ਅਣਗਿਣਤ ਕੀਤਾ ਸਮਝਿਆ ਸੀਗਾ। ਇਸ ਏਰੀਏ ਦੇ ਵਿੱਚ ਡਿਸਟ੍ਰਿਕਟ ਫੌਜਾ ਪਿੰਡ ਤ੍ਰੀਨੀ ਤਾਪੋਲੀ, ਉਹ ਬੇਟੀ ਜਿਹੜੀ ਪੜ੍ਹਦੀ ਸੀ ਮਾਰਗਰੀਤਾ ਦੀ ਸਵੋਈਆ ਸਕੂਲ ਦੇ ਵਿੱਚ, ਉਸ ਬੱਚੀ ਨੇ ਸਾਡਾ ਨਾਂ ਐਡਾ ਕਿ ਰੋਸ਼ਨ ਕੀਤਾ। ਮੈਂ ਬਹੁਤ ਹੀ ਖੁਸ਼ ਔਰ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਮੇਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕ, ਔਰ ਮੇਰੇ ਭਾਈਚਾਰੇ ਲਈ, ਉਸ ਬੱਚੀ ਲਈ, ਉਸ ਪਰਿਵਾਰ ਲਈ ਬਹੁਤ ਬਹੁਤ ਮੈਂ ਧੰਨਵਾਦੀ ਹਾਂ ਉਹਨਾਂ ਦਾ, ਉਸ ਪਰਿਵਾਰ ਨੂੰ ਬਹੁਤ ਬਹੁਤ ਮੈਂ ਮੁਬਾਰਕਬਾਦ ਦਿੰਦਾ।